ਅੱਜ ਰਿਜ਼ਲਟ ਨਿਕਲਿਆ ਯੂਥ ਕਾਂਗਰਸ ਦਾ ਪਠਾਨਕੋਟ ਦੇ ਜ਼ਿਲ੍ਹੇ ਵਿੱਚ। ਮੈਨੂੰ ਵੀ ਖੁਸ਼ੀ ਹੈ, ਮੇਰੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਸਾਰੇ ਸਾਥੀ ਚੱਲੇ ਪੂਰੇ ਇਲੈਕਸ਼ਨ 'ਚ, ਉਹ ਵੀ ਅੱਜ ਮੇਰੇ ਨਾਲ ਇੱਥੇ ਆਏ ਨੇ ਪਠਾਨਕੋਟ 'ਚ। ਅੱਜ ਭਾਰੀ ਬਹੁਮਤ ਨਾਲ ਮੇਰੇ ਯੂਥ ਕਾਂਗਰਸ ਦੇ ਭੋਏ ਹਲਕੇ ਦੇ ਸਾਥੀਆਂ ਨੇ ਮੈਨੂੰ 530 ਵੋਟਾਂ ਨਾਲ ਜਿਤਾਇਆ। ਮੈਂ ਦਿਲੋਂ ਧੰਨਵਾਦ ਕਰਦਾ ਆਪਣੇ ਵੱਲੋਂ ਅਤੇ ਮੇਰੇ ਨਾਲ ਜਿਹੜੀ ਚੱਲੀ ਉੱਥੋਂ ਦੀ ਸਮੁੱਚੀ ਟੀਮ ਉਹਨਾਂ ਵੱਲੋਂ। ਅਤੇ ਇਸ ਦੇ ਨਾਲ ਨਾਲ ਹੀ ਚੱਲਦੇ ਕੱਲ੍ਹ ਦਾ ਮੇਰੇ ਕੁਛ ਪੱਤਰਕਾਰ ਪ੍ਰੈਸ ਵਾਲੇ ਭਰਾ ਉਹ ਵਾਈਟ ਚੱਲ ਰਹੀ ਹੈ ਕਿਸੇ ਕਈ ਪ੍ਰੈਸਾਂ 'ਤੇ ਕਿ ਕੋਈ ਧੱਕਾ ਵੱਡੇ ਲੀਡਰਾਂ ਨੇ ਵਿੱਚ ਯੋਗਦਾਨ ਪਾਇਆ ਇਸ ਇਲੈਕਸ਼ਨ 'ਚ ਜਾਂ ਬੂਥ ਕੈਪਚਰ ਹੋਇਆ। ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਗੱਲ, ਬਿਲਕੁਲ ਇੱਕ ਸਾਫ਼ ਸੁਥਰੇ ਢੰਗ ਨਾਲ, ਵਧੀਆ ਢੰਗ ਨਾਲ ਇਲੈਕਸ਼ਨ ਹੋਇਆ। ਜਿੱਥੋਂ ਤੱਕ ਕਿ ਮੈਨੂੰ ਲੱਗਦਾ ਕਿ ਜਿਹੜੇ ਪੈਲਸ 'ਚ ਵੀ ਇਲੈਕਸ਼ਨ ਹੋਇਆ ਉੱਥੇ ਆਲਰੇਡੀ ਕੈਮਰੇ ਲੱਗੇ ਆ, CCTV ਕੈਮਰੇ, ਸਰਕਾਰ ਵੱਲੋਂ ਹਦਾਇਤ ਆ। ਮੈਂ ਤਾਂ ਕਹਿੰਦਾ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਉਹ ਸਾਰਾ ਕੁਝ ਤਾਂ ਸਾਹਮਣੇ ਆਉਣਾ ਚਾਹੀਦਾ ਸੀ। ਹੁਣ ਤੱਕ ਕੱਲ੍ਹ ਦਾ ਇਲੈਕਸ਼ਨ ਹੋਇਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਵੱਡੇ ਲੀਡਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਅਤੇ ਮੈਂ ਤਾਂ ਕਹਿੰਦਾ ਕਿ ਬਹੁਤ ਵਧੀਆ ਲੱਗਿਆ। ਨਾ ਤਾਂ ਪਠਾਨਕੋਟ ਦੇ ਜਿਹੜੇ ਵੱਡੇ ਲੀਡਰ ਆ ਜਾਂ ਭੋਏ ਹਲਕੇ ਦੇ ਜਾਂ ਸੁਜਾਨਪੁਰ ਦੇ, ਉਹਨਾਂ ਨੇ ਕੋਈ ਵੀ ਇੰਟਰਫੇਅਰ ਨਹੀਂ ਕੀਤਾ। ਬਿਲਕੁਲ ਹੀ ਇੱਕ ਸਾਫ਼ ਸੁਥਰਾ ਇਲੈਕਸ਼ਨ ਹੋਇਆ ਅਤੇ ਜਿਹੜੀ ਪੂਰੀ ਡਿਸਟ੍ਰਿਕਟ ਦੀ ਬਾਡੀ ਬਣੀ ਆ ਉਹ ਆਮ ਪਰਿਵਾਰਾਂ ਤੋਂ, ਜਿਹੜੇ ਯੂਥ ਕਾਂਗਰਸ ਦੇ ਸਾਥੀ ਜਿਨ੍ਹਾਂ ਨੇ ਮੈਂਬਰਸ਼ਿਪ ਕੀਤੀ ਸੀ ਉਹ ਉੱਠ ਕੇ ਆਏ ਨੇ। ਅਤੇ ਮੈਂ ਤਾਂ ਕਹਾਂਗਾ ਅਤੇ ਉਮੀਦ ਕਰਾਂਗਾ ਜਿਹੜਾ ਮੇਰਾ ਭਰਾ ਜ਼ਿਲ੍ਹਾ ਪ੍ਰਧਾਨ ਬਣਿਆ ਤੋਸ਼ੀ ਮਹਾਜਨ, ਆਉਣ ਵਾਲੇ ਸਮੇਂ 'ਚੋਂ ਸਾਰੀ ਟੀਮ ਨੂੰ ਨਾਲ ਲੈ ਕੇ ਚੱਲੇਗਾ, ਚਾਹੇ ਉਹ ਕੋਈ ਸਧਾਰਨ ਪਰਿਵਾਰ ਤੋਂ ਹੈ ਅਤੇ ਚਾਹੇ ਉਹ ਕੋਈ ਵੱਡੀ ਫੈਮਿਲੀ ਤੋਂ ਬਿਲੋਂਗ ਕਰਦਾ। ਕਿਉਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਹਮੇਸ਼ਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਜਿਹੜੇ ਆਮ ਆਦਮੀ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਉਹਦੇ ਨਾਲ ਖੜੀ ਆ, ਆਮ ਪਰਿਵਾਰ ਨਾਲ ਅਤੇ ਆਮ ਆਦਮੀ ਨਾਲ। ਇਹਨਾਂ ਹੀ ਗੱਲਾਂ ਨਾਲ ਮੈਂ ਸਾਰੇ ਹੀ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 530 ਦੀ ਵੋਟ ਦਵਾਈ ਅਤੇ ਮੇਰਾ ਮਾਣ ਵਧਾਇਆ। ਇਸ ਤੋਂ ਬਾਅਦ ਪੂਰੇ ਹਲਕੇ 'ਚ ਮੈਂ ਹੁਣ ਅੱਗੇ ਟੀਮ ਬਣਾਵਾਂਗੇ, ਵਿਧਾਇਕ ਸ਼੍ਰੀ ਜੋਗਿੰਦਰਪਾਲ ਜੀ ਨਾਲ ਮਿਲ ਕੇ ਉਹਨਾਂ ਦਾ ਆਸ਼ੀਰਵਾਦ ਲਵਾਂਗੇ, ਉਹਨਾਂ ਦੇ ਦਿਸ਼ਾ ਨਿਰਦੇਸ਼, ਉਹਨਾਂ ਦੀ ਮਜ਼ਬੂਤੀ ਕਰਾਂਗੇ। ਕਿਉਂਕਿ ਹਮੇਸ਼ਾ ਹੀ ਯੂਥ ਕਾਂਗਰਸ ਦੇ ਸੰਗਠਨ ਦੀ ਇਹ ਗੱਲ ਰਹੀ ਹੈ ਕਿ ਜਦੋਂ ਜਦੋਂ ਵੀ ਹਲਕੇ ਵਿੱਚ ਕਾਂਗਰਸ ਨੇ ਕੰਮ ਕੀਤਾ ਤਾਂ ਉਹ ਵੱਡੇ ਲੀਡਰਾਂ ਨਾਲ ਚੱਲ ਕੇ ਉਹਨਾਂ ਦੀ ਮਜ਼ਬੂਤੀ ਵਧਾਉਂਦੀ ਹੈ। ਇਹਨਾਂ ਹੀ ਗੱਲਾਂ ਨਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅੱਜ ਸੁਜਾਨਪੁਰ ਅਸੈਂਬਲੀ ਤੋਂ ਮੈਂ ਪ੍ਰੈਜ਼ੀਡੈਂਟ ਬਣਿਆ। ਮੈਂ ਸਾਰੇ ਵੋਟਰਾਂ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਵੱਧ ਚੜ੍ਹ ਕੇ ਵੋਟਾਂ ਪਾਈਆਂ ਔਰ ਮੈਨੂੰ ਸੁਜਾਨਪੁਰ ਅਸੈਂਬਲੀ ਦਾ ਪ੍ਰੈਜ਼ੀਡੈਂਟ ਬਣਾਇਆ। ਖਾਸ ਕਰਕੇ ਦਿਨੇਸ਼ ਮੁਖੀ ਦਾ, ਜਿਨ੍ਹਾਂ ਦਾ ਮੈਂ ਮਾਣ ਬਹੁਤ ਹੀ ਮਾਣ ਸਨਮਾਨ ਕਰਨਾ ਹੈ ਔਰ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰਨਾ। ਔਰ ਮੈਂ ਬਹੁਤ ਹੀ ਜ਼ਿਆਦਾ ਥੈਂਕਫੁੱਲ ਹੈ ਜਿਨ੍ਹਾਂ ਨੇ ਅੱਜ ਮੈਨੂੰ ਅਸੈਂਬਲੀ ਪ੍ਰੈਜ਼ੀਡੈਂਟ ਬਣਨ ਦੇ ਵਿੱਚ ਵੋਟਾਂ ਦਿੱਤੀਆਂ। बात नहीं है, जो काम हमने किया था ग्राउंड लेवल से लेके अब तक, मुझे तो कुछ ऐसा लगा नहीं था कि टक्कर का मुकाबला था, लेकिन फिर भी बहुत सा ऐसी कॉन्सिक्वेंसी हुई, मेहनत हुई, जो भी हुआ नतीजा चलो अच्छा हुआ। सब अपने भाई हैं, रोहित जी भी अपने भाई हैं, सारी कमेटी अपनी बनी है, साथ लेके चले आए हो। और यूथ के लिए क्या करूँगा? मैंने पहले भी आपको बताया, यूथ के लिए हम हर जगह पहल की दार में काम करेंगे, हर गांव जाकर यूथ को और उत्साहित करेंगे, राउंड को मजबूत करेंगे और यूथ को अपने साथ ज़्यादा से ज़्यादा जोड़ेंगे। सर, कैप्टन सरकार ने वादा किया था कि युवा को रोजगार मिलेगा, अभी तक भी युवा को रोजगार नहीं मिला, उसके लिए आपकी कैसी रणनीति रहेगी? युवा को रोजगार मिला क्यों नहीं मिला, किसने कहा आपको? हर जगह इतने कैंप्स लगे हैं, सब कुछ लगे हैं, प्लेसमेंट्स हुई हैं और फिर भी उनको सैलरी जो है कम मिल रही है, वो उनका आप ये नहीं कह सकते कि उनकी सैलरी कमिटमेंट।